पिंड देहड़ू के नजदीक नैशनल हाईवे ते पुल उपर एक शराब नाल भरिया कैंटर पलट गया, जिस कैंटर दे विचों ड्राइवर अते कंडक्टर दी जान ता बच गई है, पर 600 दे विचों 150 करीब शराब दे खेपे चकना चूर हो गए। जानकारी अनुसार ए पटियाला शराब फैक्ट्री तो लोड होके जलंधर जा रही सी। इस संबंधी जानकारी दिंदिया कैंटर ड्राइवर रणजोत सिंह ने दस्या है कि शराब नाल भरिया कैंटर पटियाला तो जलंधर जा रहा सी कि पिंड देहड़ू कोल पुजन ते एक बस ने ट्रक नूं टक्कर मार दिती, जिस कारण कैंटर पलट गया। नाल ही उसने दस्या है कि इस दे चलदिया ओ ते उसदा कंडक्टर कुछ सट्टा नाल जख्मी हो गए हन, जदकि शराब दिया पेटियां चकना चूर हो गईयां हन। उसने दस्या कि मैं अपने मालिक नूं इस घटना संबंधी जानकारी दे दित्ती है। शराब दी फैक्ट्री दा मालिक पंकज शर्मा मौके ते पहुंचे, थाना सदर खन्ना दे एक्साइज विभाग नूं जानकारी दे दित्ती गई है। ਉੱਥੋਂ ਆ ਰਿਹਾ ਸੀ ਅਤੇ ਜਾਣਾ ਸੀਗਾ ਜਲੰਧਰ। ਇਹ ਆਪਣਾ CFD ਆਰਮੀ ਦੀ ਸ਼ਰਾਬ ਆ। ਰਾਤ ਦਾ ਐਕਸੀਡੈਂਟ ਹੋ ਗਿਆ ਅਤੇ ਅਸੀਂ ਮੌਕੇ 'ਤੇ ਪਹੁੰਚ ਗਏ। ਹੁਣ ਇਹਦਾ ਹੁਣ ਗੱਡੀ ਆਈ ਹੈ ਅਤੇ ਇਹਦੇ 'ਚ ਚੈੱਕ ਕਰਾਂਗੇ ਜੋ ਬ੍ਰੇਕੇਜ ਹੋਊਗੀ ਸਾਰਾ ਹੋਊਗਾ। ਮਕਾਨ ਦੇਖੋ ਜੀ, ਜਦੋਂ ਪੂਰਾ ਸਾਰੀ ਸ਼ਰਾਬ ਕੱਢ ਲਾਂਗੇ 600 ਪੇਟੀ ਸੀਗੀ, ਤਾਂ ਇਸ ਤੋਂ ਬਾਅਦ 'ਚ ਹੈਗਾ ਜਿਹੜਾ ਰਾਜ ਦਾ ਕੋਈ ਮਾਮਲਾ ਨਹੀਂ ਸਾਹਮਣੇ ਆਇਆ। ਪਹਿਲੇ ਮਕਾਨ ਦੀ ਕੋਈ ਇਸ ਤਰ੍ਹਾਂ ਇੱਦਾਂ ਚੱਲ ਨਹੀਂ। ਰਣਜੋਤ ਸਿੰਘ ਭਾਅ ਜੀ, ਮੈਂ ਨਾ ਆਪਣੀ ਲੈਨ 'ਚ ਆ ਰਿਹਾ ਸੀਗਾ ਅਤੇ ਮੈਨੂੰ ਬੱਸ ਅਤੇ ਟਰੱਕ ਕ੍ਰੋਸ ਕਰ ਰਹੇ ਸੀ। ਉਹ ਬੱਸ ਵਾਲੇ ਨੇ ਸਾਈਡ ਮਾਰੀ ਜਿਵੇਂ, ਅਤੇ ਇੱਧਰ ਫੁੱਟਪਾਸ 'ਤੇ ਗੱਡੀ ਚੜ੍ਹ ਗਈ, ਚੜ੍ਹਨ ਤੋਂ ਬਾਅਦ ਪਲਟੇ ਜੀ। ਇਹ ਸ਼ਰਾਬ ਹੈ ਜੀ, ਇਹ ਆਪਣੇ ਪਟਿਆਲੇ ਤੋਂ ਆਏ, ਆਪਣਾ ਜਲੰਧਰ ਜਾਣੇ, ਦੋ ਜਾਣੇ ਲੱਗੀ ਹੈ ਜੀ। ਉਹ ਦੂਜੇ ਮੁੰਡੇ ਦੀ ਤਾਂ ਬਾਂਹ ਟੁੱਟ ਗਈ, ਮੇਰੇ ਆਹ ਮੋਢਾ ਫ੍ਰੈਕਚਰ ਹੈ ਜੀ। ਬਾਕੀ ਹਾਂ ਜੀ, ਉਹ ਆਏ ਹੋਏ ਖੜ੍ਹੇ ਦਾ ਪੰਕਜ ਕੁਮਾਰ ਸ਼ਰਮਾ ਹੈ ਜੀ। ਟਰੱਕ ਜੋ ਹੈ ਡਰਾਈਵਰ ਬਤਾ ਰਿਹਾ, ਬੱਸ ਵਾਲਾ ਇਹਨੂੰ ਸਾਈਡ ਮਾਰ ਗਿਆ, ਫਿਰ ਡਿਸਬੈਲੈਂਸ ਹੋ ਕੇ ਪਲਟ ਗਿਆ ਜਨਾਬ। ਜੀ ਸਰ, ਖੰਨੇ ਤਾਂ ਅੱਗੇ ਹੈ 5-6 ਕਿਲੋਮੀਟਰ ਐਗਜੈਕਟ ਲੋਕੇਸ਼ਨ ਮੈਂ ਪਤਾ। ਨੁਕਸਾਨ ਤਾਂ ਹੁਣ ਦੇਖ ਰਹੇ ਹਾਂ, ਇਸ ਵਕਤ ਸਾਹਮਣੇ ਵੀ ਦੇਖਿਆ, ਹੁਣ ਜਿੰਨੇ ਵੀ ਪਹਿਲੀ ਪੈਕਿੰਗ ਕਰ ਰਹੇ ਆ ਜਿੰਨੀ ਵੀ ਹੋਊਗੀ, ਫਿਰ ਦਾਰੂ ਕੀਤੇ ਮਿਲਟਰੀ ਕੀ ਜਾ ਰਹੇ ਥੇ ਜੀ। ਮੈਂ ਸ਼ਰਾਬ ਫੈਕਟਰੀ ਪਟਿਆਲੇ ਤੋਂ ਲੋਡ ਹੋ ਗਿਆ ਅਤੇ CSD ਡਿਪੋ ਜਲੰਧਰ ਜਾ ਰਹੇ ਥੇ ਜਨਾਬ। 600 ਪੇਟੀ ਪ੍ਰੈਸਟੀਜ ਵਿਸਕੀ ਕਿੰਨੀ ਕਿ ਦਾਰੇ CSD ਕੀ ਜੀ ਸਾਰੇ।